दोस्तों वीडियो पिंड दलेल वाला जिला मानसा तो बनाया जिथे बाइया को मझां बकाऊ ने व्यापार का कम है। बाकी पूरी वीडियो तुसीं देखो उहदे विच दस्सा जाऊ सारा पशुआं दा मुल्लवाड़ी की गल्लबात है। धन्नवाद भाई। मनप्रीत आ झोटी बारे दस किन्नवे सूए है की गल्लबात है? दूजा सूआ सून च किन्ने दिन रह गए भाई? 12 दिन भाई सून च रहिंदे नेगे। ते पहले सूए किन्ना दुद्ध दित्ता भाई? 10 किलो पहले सूए भाई 10 लीटर दुद्ध दित्ता। बाकी सिंगां दी देख लो ना, बूथ देख लो पिंडा सारा, ते पिछे तो भी आप सारा दिखा दिने गे तोर फिर के। लेवा देख सकते हो थना थना का सन भाई। भाई ने जिवें दस्सिया भी 12 दिन हजे पए आ सून दे विच, दूजे सूए सूना गए ने। साइड तो भी माड़ा खड़ाई रख भाई। इधरों भी लेवा देख लो थना का सन पता लग जाता गा। बाकी तोरी भाई पिंड दलेल वाला जिला मानसा दे विच है भाई, बाइया का व्यापार का कम है गा। तो बाकी तुरदी करदी सारी जमा तुसीं देख लो। रेट भी पुछांगे भाई नूं आपां की रेट है की गल्लबात है। इहदा भाई मुल्लवाड़ी की है? 1,05,000 ते छड्डनी किन्ने तक है? 97,000 तक छड्ड जाणा। 98,000 तक भाई कहिंदा छड्डांगे, 97 तों 98,000 तक। ਅਤੇ ਮੁੱਲ 1,05,000 ਹੈਗਾ। ਅਤੇ ਬਾਕੀ ਕਈ ਭਰਾਵਾਂ ਦੇ ਫੋਨ ਮੇਰੇ ਕੋਲ ਆ ਜਾਂਦੇ ਬਾਈ ਵੀ ਨੰਬਰ ਵੀਡੀਓ ਦੇ ਵਿੱਚ ਬਾਈ ਉੱਪਰ ਲਿਖਿਆ ਹੋਊ ਤੁਹਾਨੂੰ ਦੱਸਗੇ। ਅਗਲੀ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਦੱਸੋ ਬਾਈ ਗੱਲਬਾਤ ਕੀ ਆ? ਇਹਨੇ ਵੀ ਦੂਜਾ ਸੂਆ ਸੁਣਾ ਦੇਖ ਲਓ ਦੋਸਤੋ। ਸਿੰਕ ਦੇਖ ਲਓ ਨਾ, ਕੁੰਡੇ ਹੈਗੇ ਪੂਰੇ ਜਮਾਂ ਸਿੰਗਾਂ ਦੀਆਂ ਸਾਫ਼ ਲਈ ਸਿੰਕ ਬਾਈਆਂ ਕੋਲ ਸਾਰੀਆਂ ਦੀ ਕੁੰਡੇ ਹੈਗੇ। ਇਹਦੇ ਬਾਈ ਕਿੰਨੇ ਦਿਨ ਰਹਿ ਗਏ ਸੂਣ 'ਚ? 6-7 ਦਿਨ ਬਾਈ ਇਹਦੇ ਰਹਿ ਗਏ ਸੂਣ ਦੇ ਵਿੱਚ। ਬਾਕੀ ਲੇਵਾ ਥਾਨ ਦੇਖ ਸਕਦੇ ਹੋਗੇ, ਸਾਈਡ ਤੋਂ ਵੀ ਦੁਬਾਰੇ ਦਿਖਾ ਦਿੰਦੇ ਆਪਾਂ। ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਬਾਈ ਇਹਨੇ? 12 ਲੀਟਰ ਪਹਿਲੇ ਸੂਏ ਦਿੱਤਾ ਬਾਈ ਇਹਨੇ ਦੁੱਧ। ਅਤੇ ਦੂਜੇ ਸੂਏ ਸੂਣ ਦੇ ਵਿੱਚ ਹਜੇ ਬਾਈ ਕਹਿੰਦਾ ਵੀ ਦਿਨ ਰਹਿੰਦੇ ਕਿ 6-7। ਅਤੇ ਇਹਦਾ ਵੀ ਮੁੱਲਵਾੜੀ ਬਾਈ ਨੂੰ ਪੁੱਛਾਂਗੇ, ਪਹਿਲਾਂ ਤੋਰ ਕੇ ਦਿਖਾ ਦੂਗਾ। ਦਲੇਲ ਵਾਲਾ ਪਿੰਡ ਬਾਈ ਝਨੀਰ ਦੇ ਨਾਲ ਰਹਿ ਗਿਆ ਜਮਾਂ, ਝਨੀਰ ਤੋਂ 8-7 ਕਿਲੋਮੀਟਰ ਦੀ ਦੂਰੀ 'ਤੇ ਹੈਗਾ। ਬੰਨ ਦਿਓ ਬਾਈ। ਉਹਦੀ ਦੇਖ ਸਕਦੇ ਹੋ ਬਾਈ, ਇਹਦਾ ਵੀ ਮੁੱਲ ਪੁੱਛਦੇ ਹਾਂ ਬਾਈ ਕਿੰਨਾ। ਇਹਦਾ ਮੁੱਲ ਬਾੜੀ ਕੀ ਹੈ ਬਾਈ? 1,10,000 ਦੀ ਛੱਡਾਂਗੇ ਜੀ। 1,10,000 ਤੱਕ ਬਾਈ ਕਹਿੰਦਾ ਛੱਡਣੀ ਹੈਗੀ। ਬਾਕੀ ਮੌਕੇ 'ਤੇ ਰਿਆਇਤ ਹੋ ਜੂਗੀ? ਹਾਂਜੀ ਹਾਂ, ਥੋੜ੍ਹੀ ਮੋਟੀ ਬਾਈ ਕਹਿੰਦਾ ਮੌਕੇ 'ਤੇ ਵੀ ਕਰ ਲਾਂਗੇ। ਹੁਣ ਆਪਾਂ ਅਗਲੀ ਝੋਟੀ ਦੀ ਗੱਲ ਕਰੀਏ ਤਾਂ ਬਾਈ, ਇਹ ਹਰਿਆਣੇ ਦੀ ਝੋਟੀ ਹੈ। ਠੀਕ ਹੈ, ਅਤੇ ਇਹਦਾ ਕੀ ਮੁੱਲ ਬਾੜੀ ਹੈ, ਕੀ ਗੱਲਬਾਤ ਹੈ? ਇਹਦਾ 95,000 ਬਣਦਾ। ਅਤੇ ਛੱਡਣੀ ਕਿੰਨੇ ਤੱਕ ਆ ਬਾਈ? 90,000। ਇਹ ਬਾਈ ਕਹਿੰਦਾ 90 ਤੱਕ ਛੱਡਣੀ ਹੈ। ਸਿੰਗਾਂ ਦੀ ਇਹ ਵੀ ਕੁੰਡੀ ਹੈ, ਦੂਜੇ ਸੂਏ ਹੈ ਬਾਈ? ਹਾਂਜੀ ਹਾਂ, ਦੂਜੇ ਸੂਏ ਹੈਗੇ, ਆਪਾਂ ਸਾਰਾ ਦਿਖਾਵਾਂਗੇ। ਹਾਥੀ ਖੜਾ ਲਾ ਬਾਈ, ਜੇ ਖੜ ਜੂਗੀ ਸਿੰਘ ਦੇਖ ਸਕਦੇ ਹੋ ਬੂਥ ਬਾਈ ਹੈ ਨਾ, ਕੁੰਡੇ ਸਿੰਘਾਂ ਦੀਆਂ ਸਾਰੀਆਂ ਬਾਈ ਕੋਲ ਜਿੰਨੀਆਂ ਹੈਗੀਆਂ ਨੇ। ਅਤੇ ਬਾਕੀ ਖੜਾ ਕੇ ਆਪਾਂ ਦਿਖਾ ਦਿੰਦੇ ਹਾਂ, ਸਾਰਾ ਲੇਵਾ ਵੀ ਦਿਖਾਵਾਂਗੇ। ਇਹਦੇ ਸੂਣ 'ਚ ਕਿੰਨੇ ਦਿਨ ਰਹਿ ਗਏ ਬਾਈ? 3 ਕੁ ਦਿਨਾਂ ਤੱਕ ਬਾਈ ਕਹਿੰਦਾ ਵੀ ਇਹ ਸੂਪੂ ਬਾਈ, ਦਿਨ ਪੂਰੇ ਹੋ ਜਾਣਗੇ 3 ਕੁ ਦਿਨਾਂ ਨੂੰ। ਬਾਕੀ ਲੇਵਾ ਦੇਖ ਸਕਦੇ ਹੋ ਨਾ, ਪੂਰਾ ਬਣਾਇਆ ਹੋਇਆ ਹੈਗਾ ਥਣ ਥਣ ਸਾਰੇ। ਇੱਧਰੋਂ ਵੀ ਦੇਖ ਲਓ, ਪਰਲੀ ਸਾਈਡ ਵੀ ਆਪਾਂ ਦਿਖਾ ਦਿੰਦੇ ਹਾਂ। ਇਹ ਬਾਈ ਕਿੰਨੇ ਤੱਕ ਛੱਡਾਂਗੇ ਜਮਾਂ ਸਹੀ ਸਹੀ ਵੀ? ਇਹ 90,000 ਦੀ ਝਾਕ ਕਰ ਦੇਣਗੇ ਅਸੀਂ। ਠੀਕ ਹੈ, ਅਤੇ ਛੱਡਣੀ ਕਿੰਨੇ ਤੱਕ? ਝਾਕ 90 ਦੀ ਹੈ। ਬਾਕੀ ਛੱਡਣੀ ਕਹਿੰਦਾ ਵੀ 87,000-88,000 ਤੱਕ ਛੱਡਾਂਗੇ। ਸਿੰਘ ਸੁੰਘ ਦੇਖ ਸਕਦੇ ਹੋ ਪਿੰਡ ਹੈ ਨਾ। ਲੇਵਾ ਆਪਾਂ ਪਹਿਲਾਂ ਦਿਖਾਇਆ ਹੈਗਾ, ਇਹਨਾਂ ਦੇ ਵਿੱਚੋਂ ਕੁਛ ਕੁ ਵਿਕੀਆਂ ਹੋਈਆਂ ਬਾਈ ਨੇ ਦੱਸਿਆ ਸੀ ਪਹਿਲਾਂ। ਅਤੇ ਕਿਹੜੀ ਦਿਖਾਉਣੀ ਹੈ ਬਾਈ ਹੁਣ? ਇਹ ਗੱਬਣ ਹੈ ਸੂਈ, ਇਹ ਵੀ ਗੱਬਣ ਹੈਗੀ, ਤੋਰ ਕੇ ਦਿਖਾ ਲਾ ਇੱਕ ਵਾਰੀ। ਬਾਕੀ 4 ਇਹ ਗੱਬਣ ਹੈ ਬਾਈ ਜਿਹੜੀਆਂ ਦੀ ਅੱਜ ਵੀਡੀਓ ਬਣਾਈ ਹੈਗੀ। ਸਿੰਘ ਸੁੰਘ ਦੇਖ ਲਓ ਸਾਰਾ ਤੁਸੀਂ ਬੂਥ।
ਸਿੰਘ ਬੂਥ ਸਾਰਾ ਦੇਖ ਲਓ ਬਾਈ ਹੈ ਨਾ ਕਿੰਨੇ ਦਿਨ ਰਹਿ ਗਏ ਬਾਈ ਇਹਦੇ 'ਚ ਪੂਰੇ 8 ਦਿਨਾਂ ਤੱਕ ਬਾਈ ਇਹ ਵੀ ਸੂਪੂਗੀ ਬਾਈ ਨੇ ਦੱਸਿਆ ਜਿਹੜਾ ਕਿ ਬਾਕੀ ਲੇਵਾ ਆਪਾਂ ਦਿਖਾਉਂਦੇ ਹਾਂ ਖੜਾ ਕੇ ਥਾਣ ਲੇਵਾ ਸਾਰਾ ਜਮ੍ਹਾਂ ਦੇਖ ਲਓ ਤੁਸੀਂ ਕਿੰਨਵੇਂ ਸੋਇਆ ਵੀਰੇ ਇਹ ਤੀਜੇ ਸੂਣਾ ਦੇ ਦੁੱਧ ਕਿੰਨਾ ਦਿਓ ਇਹ ਵੀ 15 ਕਿਲੋ ਦੁੱਧ ਦਿਓ 15 ਲੀਟਰ ਦੁੱਧ ਬਾਈ ਬਾਈ ਨੇ ਦੱਸਿਆ ਵੀ ਦੇਊਗੀ ਇਹ ਤੀਜੇ ਸੂਏ ਸੂਣਾ ਗਾ ਲੇਵਾ ਤੁਸੀਂ ਦੇਖ ਸਕਦੇ ਹੋ ਲੇਵਾ ਬਾਹਰ ਨੂੰ ਹੈਗਾ ਪੂਰਾ ਸਾਈਡ ਅੰਦਰੋਂ ਵੀ ਦਿਖਾ ਦਿੰਦੇ ਆਪਾਂ ਹਾਂ ਲੇਵਾ ਸਾਰਾ ਤੁਸੀਂ ਦੇਖ ਸਕਦੇ ਹੋਗੇ ਇਹਦੀ ਬਾਈ ਕਿੰਨੇ ਤੱਕ ਛੱਡਣ ਦੀ ਹੋਏਗੀ ਇਹ 1,10,000 ਦੀ ਛੱਡਾਂਗੇ 1,10,000 ਤੱਕ ਬਾਈ ਕਹਿੰਦਾ ਛੱਡਣੀ ਹੈਗੀ ਬਾਕੀ ਮਨਪ੍ਰੀਤ ਦਾ ਨੰਬਰ ਦੱਸ ਦੇ ਭਰਾ ਕਿੰਨਾ ਨੰਬਰ ਹੈਗਾ ਜੀ 94652 ਜੀ 94652 96457 ਜੀ 96457 ਦੋਸਤੋ ਜਿਹੜੇ ਭਰਾ ਚਾਹਵਾਨ ਹੁੰਦੇ ਆ ਫੋਨ 'ਤੇ ਸੰਪਰਕ ਕਰ ਸਕਦੇ ਹੈਗੇ ਬਾਕੀ ਬਾਈਆਂ ਕੋਲ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜੀ ਕੋਈ ਭਰਾ ਚਾਹਵਾਨ ਹੁੰਦਾ ਨਾ ਸੰਪਰਕ ਕਰ ਸਕਦਾ ਹੈਗਾ ਧੰਨਵਾਦ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਪੇਜ ਫੋਲੋ ਕਰਿਓ ਜੇ ਕਿਸੇ ਹੋਰ ਵੀ ਭਰਾ ਨੇ ਆਪਣੇ ਘਰੇ ਪਸ਼ੂਆਂ ਦੀ ਵਿਕਾਊ ਦੀ ਵੀਡੀਓ ਬਣਾਉਣੀ ਹੁੰਦੀ ਆ ਤਾਂ ਸਾਡਾ ਨੰਬਰ ਸਕਰੀਨ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ